ਲੈ ਬਈ ਬਾਪੂ ਹੋ ਗਿਆ ਤਿਆਰ ਹੁਣ ਇਧਰ ਬੱਬੂ ਵੀ ਤਿਆਰ ਨੇ ਮੈਕ ਮੂਕ ਚੱਕ ਲਿਆ ਆਪਦਾ ਹਾਲੇ ਮੈਕ ਵਾਸ ਰੈਡੀ ਆ ਕੱਪ ਓਕੇ ਆ ਚੱਕ ਦੇਾਂਗੇ ਫੱਟੇ ਦੇ ਉਧਰ ਬੇਬੇ ਵੀ ਤਿਆਰ ਆ ਜਾਵਾਂ ਬੈਠੀ ਆ ਬੇਬੇ ਨੂੰ ਪੁੱਛਦੇ ਆ ਬੇਬੇ ਕਿਵੇਂ ਮਹਿਸੂਸ ਹੁੰਦਾ ਬਹੁਤ ਵਧੀਆ ਉਰੇ ਆ ਕੇ ਬਹੁਤ ਵਧੀਆ ਬੇਟੇ ਅੱਛਾ ਖੁਸ਼ੀ ਹੁੰਦੀ ਆ ਇਹਨਾਂ ਨਾਲ ਮਿਲ ਕੇ ਵਧੀਆ ਨੇ ਕੇ ਚਲ ਵਧੀਆ ਗੱਲ ਵਧੀਆ ਮੁੰਡਿਆਂ ਦੇ ਭਾਜੀ ਦੇ ਵੀ ਬਹੁਤ ਖੁਸ਼ੀ ਹੁੰਦੀ ਇਹਨਾਂ ਨਾਲ ਕੰਮ ਕਰਕੇ ਬਾਬੂ ਗੁੰਡਾ ਦੂਜਾ ਜਾ ਸਸਿਕਾਰ ਬਈ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਹਨਾ ਪਹਿਲਾਂ ਮੈਂ ਭੁੱਲ ਗਿਆ ਸੀ ਅੱਛਾ ਗਲਤੀ ਮੰਨਦੇ ਅਸੀਂ ਗਲਤੀ ਦਿਮਾਗ ਥੋੜਾ ਜਿਹਾ ਸਾਡਾ ਬਿਜੀ ਹੋ ਗਿਆ ਸੀ ਗੁੰਡਾ ਦਾ ਜਾ ਅੱਜ ਅਲੱਗ ਅਲੱਗ ਗੁੰਡਾ ਬੁੜੇ ਬੰਦੇ ਨੇ ਹੋ ਨਹੀਂ ਬੁੜੇ ਬੰਦੇ ਨੇ ਤਾਂ ਕਹਿੰਦਾ ਸਿੱਧਾ ਹੀ ਡੰਡਾ ਜੀ ਬੁੜਿਆਂ ਨੂੰ ਕਿਹੜੇ ਗੁੰਡੇ ਬਣਾਉਂਦਾ ਉਹ ਦੂਜਾ ਗੁੰਡਾ ਵੈਸੇ ਮੈਨੂੰ ਦੇ ਰਗਾ ਪਹਿਲਾਂ ਵੀ ਮੈਨੂੰ ਮੇਲ ਲਵੀ ਤੇ ਹੁਣ ਮੈਂ ਚੱਕਦਾ ਆਉਂਦਾ ਕਿੱਥੇ ਆ ਤਾਂ ਕਰਕੇ ਅੱਜ ਅਸੀਂ ਵੀਰੇ ਸਾਦੀ ਜੀ ਛੋਟੀ ਖਾਲੀ ਬਸ ਨਾ ਵਧੀਆ ਗੱਲ ਬੁੜਿਆਂ ਦਾ ਨਾਮ ਕਹਿੰਦਾ ਜਾ ਬੜਾ ਆਂਦਾ ਲੈ ਬਾਪੂ ਆ ਡੰਡਾ ਤੇ ਸਾਰੇ ਹੀ ਲੈਣਾ ਬੜਾ ਜਾ ਬਸ ਅੱਜ ਤਾਂ ਕਾਲੀ ਅੱਗੇ ਟੋਏ ਹੋ ਗਏ ਸੀਗੇ ਪਹਿਲਾਂ ਅਸੀਂ ਘਰ ਉਧਰ ਪਹਿਲਾਂ ਬੇਬੇ ਸਾਡੀ ਲੇਟ ਹੋ ਗਈ ਅੱਜ ਫਿਰ ਅਸੀਂ ਘਰ ਉਧਰ ਸਾਡੀ ਗੱਡੀ ਪੈਂਚਰ ਹੋ ਗਈ ਫਿਰ ਭਾਈ ਗੱਡੀ ਦੀ ਸਟਿੱਪਣੀ ਸਟੁੱਪਣੀ ਲਾ ਕੇ ਸਾਰੀ ਗੱਡੀ ਉਹ ਕਰੀ ਹੈਨਾ ਫਿਰ ਅਸੀਂ ਬੇਬੇ ਵੱਲ ਚਲੇ ਗਏ ਉੱਭਿਆ ਬੇਬੇ ਦੇ ਕੱਲ ਪੋਤੇ ਦੇ ਜਨਮ ਦਿਨ ਲੋਹੜੀ ਦਾ ਪ੍ਰੋਗਰਾਮ ਸੀ ਮੇਰੇ ਤਾਂ ਜਾਇਆ ਨਹੀਂ ਗਿਆ ਅਚਾਨਕ ਮੈਂ ਸ਼ੂਟ ਤੇ ਸੀ ਮੈਂ ਕਿਹਾ ਚੱਲ ਜਾ ਆਈ ਹੁਣ ਬੇਬੇ ਵੱਲ ਹੁਣ ਅਸੀਂ ਸ਼ੂਟ ਸ਼ੁਰੂ ਕਰਦੇ ਹਾਂ ਕਰ ਲਓ ਕਰ ਲਓ ਕਰ ਲਓ ਚੰਗੀ ਗੱਲ ਹੈ मर्जी ठंड पता किन्नी ठंड हो रही है गल सही है जी ठंड तो बचना जरूरी है बुनिया हुई ठंड नहीं लगती असि कोट जो पाई जाने देख 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 दो देखो है ना होगा तन्ना चार दो चार छे हो गया आपे समझो गल सही है तो सही नहीं हों चलो भी जाओ करो स्टार्टिंग उधर गल सही है कल बापू जलेबियां तां वधिया रगड़ियां ना मैं कहना बेबे ने खावा सा अज बेबे ने ठंडियां रख दिया सी फिर खाए अच्छा चल कोई ना ठंडियां कोई ठंडियां जा सवाल लग गया हां जो गर्म दा बिंद घेरे ने बापू ओ बापू हां जी मैं चार फुट बन रहा हूं जावा के ऊपर मैं तो पहले ही पाई बाद बापू समान ज्यादा पाता कोठियां काटियां हुण गर्मी लगदी आ
ਹੁਣ ਕੰਬਲ ਕਹਿ ਰਹੇ ਤੁਸੀਂ ਕੰਬਲ ਲੈ ਲਓ हेलो करी ठीक है आजा मगर उधर आएंगे कहते कोई ना और तुरक पड़े इतना कोई ना कोई देंगे टाइम ना आप एक दो तीन देखो भाई मगर तुर आ बापू ले लो पता भाई एक चाह बना दे नहीं कहना भी सेट कर दे ਚਾਏ ਮੁੰਡਾ ਕਿਸੇ ਰਹਿ ਹੁਣ ਦੇਖੋ ਤੁਸੀਂ ਮਾਂ ਕਰਾ ਬਾਪੂ ਦਿਖੋ ਆ ਰਿਹਾ ਬਾਪੂ ਓਏ ਬੀਬੀ
ਤੂੰ ਤਾਂ ਸਾਡੇ ਬਾਪੂ ਦਾ ਬਦਲ ਲੈਣਾ ਹੀ ਹੈ ਬਾਪੂ ਸਾਡਾ ਹੋ ਆਉਂਦਾ ਇੱਕ ਦੀ ਦੋ ਖੁੰਡ ਕੇ ਚੱਕੀ ਆਉਂਦਾ ਦੋ ਅੱਗ ਤਾਂ ਮਚਣੀ ਮੱਚੀ ਹੋ ਗਈ ਇਹ ਵਿੱਕੀ ਆ ਵਿੱਕੀ ਇਹ ਕਾਲਾ ਬਾਬਾ ਵਿੱਕੀ ਨਹੀਂ ਕਾਲਾ ਬਾਬਾ ਅੱਛਾ ਕਾਲਾ ਬਾਬਾ ਇਹ ਕਾਲਾ ਬਾਬਾ ਆ ਦੇਖੋ ਭਾਈ ਜੇ ਨਾ ਮੱਚੀ ਲਾਉਂਦਾ ਰੁੰਦੇ ਵਾਂਗ ਥੱਪੀ ਚੁੱਲਾ ਚਲਾ ਲਿਆ ਦੇਖ ਇਹਨਾਂ ਨੇ ਨੇਟਾ ਰੱਖ ਕੇ ਆ ਪਾਥੀ ਆਹ ਇੱਟ ਖੜੀ ਕਰੋ ਪਿਛਲੀ ਓਏ ਹਾਂ ਉਹਦੇ ਬਰਾਬਰ ਕਰੋ ਨਾ ਦੂਜੀ ਦੇ ਬਰਾਬਰ ਅਣਜਾਣ ਬੰਦਾ ਚੋੜੀ ਕਰਦੀ ਅਣਜਾਣ ਬੰਦਾ ਭਈ ਕੀ ਕਰੀਏ ਮੈਂ ਵਿੱਚ ਮੈਂ ਪਹਿਲਾਂ ਅੱਗ ਵਿਚਾਰੀ ਆ ਬਰਾਦਰ ਲੈ ਪਹਿਲਾਂ ਅੱਗ ਵਿਚਾ ਲੈਂਦੇ ਬੇਬੇ ਰੋ ਇਹ ਮੈਨੂੰ ਲੱਗਦਾ ਢਿੱਡ ਤਾਂ ਫੇਰ ਵੱਧ ਗਿਆ ਕੱਲ ਜਲੇਬੀਆਂ ਬੱਦ ਕਰ ਦੇਗੀ ਆ ਆ ਦੇਖੋ ਮੈਂ ਤਾਂ ਢਿੱਡ ਜਾ ਘਟਾਉਂਦੀ ਰਹਿ ਜਾਂਦੀ ਉਹ ਫੇਰ ਵੱਧ ਨਹੀਂ ਲੱਗਦਾ ਦੱਸ ਦੋ ਆ ਕੀ ਮਸਾਲਾ ਜਿਹਾ ਪਾਉਂਦੇ ਆ ਇਹਦੇ ਨਾਲ ਫੁਰਕ ਦੇਣੇ ਮੱਚ ਜਾਂਦੀ ਅੱਗ ਬਾਹਰੋਂ ਆਇਆ ਜੀ ਅਮਰੀਕਾ ਤੋਂ ਆਇਆ ਬੰਦੇ ਨੇ ਭੇਜੇ ਸਪੈਸ਼ਲ ਕਿਸੇ ਇਹਦਾ ਡਾਲਰਾਂ ਦਾ ਆਇਆ ਡਾਲਰਾਂ ਦਾ ਆ ਦੇਖ ਲਓ ਦੇਖੋ ਨੰਬਰਦਾਰਾਂ ਦੇ ਖੇਤ ਕੀ ਬਰੂਦ ਉੱਡਦਾ ਕੀ ਚਾਕਣਾ ਤੇਰੀ ਮੈਂ ਕਿ ਡਾਕੂ ਦੀ ਵੀ ਲੁਕਰ ਘਰ ਤੇ ਚੱਲ ਤੂੰ ਜਾ ਪਰ ਇੱਕ ਗੱਲ ਦੱਸਾਂ ਵੱਡੇ ਬਜ਼ੁਰਗਾਂ ਦੀ ਚੀਜ਼ ਕਿਸੇ ਕਿਸੇ ਨੂੰ ਮਿਲਦੀ ਤੈਨੂੰ ਖੂੰਡਾ ਮਿਲਿਆ ਦੇਖ ਲਾ ਖੂੰਡਾ ਖੂੰਡਾ ਇੱਕ ਬਜ਼ੁਰਗਾਂ ਦੀ ਬਹੁਤ ਵੱਡੀ ਉਹ ਹੁੰਦੀ ਆ ਅੱਗੇ ਤੂੰ ਚਾਹੀ ਬਣਾਉਣਾ ਮੈਨੂੰ ਪਤਾ ਸੀ ਆਹੀ ਤੂੰ ਆ ਰੋਲੀ ਕਰੇਗਾ ਲੈ ਮੈਂ ਬਣਾਉਂਦੀ ਪੜ੍ਹ ਲਈ ਮਾੜਾ ਜਿਹਾ ਲਿਖਿਆ ਮੇਰੇ ਕੋਲ ਉਹ ਮਕਰਾ ਬਣ ਗਈ ਪਈ ਚਾਕਣਾ ਤੇਰੀ ਓਏ ਇੱਕ ਦੋ ਤਿੰਨ ਉਹ ਮਕਰਾ ਬਣ ਗਈ ਕਿ ਨਾ ਚਾਹ ਪਾਈ ਤੇਰੀ ਕਿੰਨਾ ਕੁ ਟਾਈਮ ਲੱਗੂਗਾ ਹੁਣ ਬਾਪੂ ਬਸ ਬਣ ਗਈ ਚਾਹ ਤੂੰ ਫਿਕਰ ਨਾ ਕਰ ਚਾਹ ਤੈਨੂੰ ਐਨ ਪਿਆਉਂਗਾ ਜਮੀ ਸਾਹ ਦੇ ਚੁੱਗੇ ਸਾਹ ਦੇ ਚੋਲ ਵਰਗੀ ਹੈ ਨਾ ਚੁੱਗੇ ਵਰਗੀ ਪਹਿਲਾਂ ਮੈਂ ਚੋਲਾ ਚੁੱਗਾ ਕਹਿ ਦੀ ਮੈਂ ਚੋਲਾ ਕਹਿ ਦੇ ਮੈਂ ਚੋਲਾ ਮੈਂ ਹੁਣ ਉੱਪਰ ਜਾ ਘੁੰਮੂਗਾ ਠੀਕ ਹੈ ਫਿਰ ਦੁਆ ਦੇਣਾ ਫਿਰ ਜਦੋਂ ਇਹਨੇ ਕਹਿਤਾ ਫਿਰ ਮੈਂ ਭੂਕ ਲੱਗ ਰਿਹਾ ਮਾਰਨ ਫਿਰ ਬੋਲੀ ਹਾਂ ਚੋਰਾ ਡੋਲੀ ਜਾ ਮੈਂ ਕਹਾ ਰਹੀ ਕਿੱਥੇ ਥੱਲੇ ਨਹੀਂ ਨਹੀਂ ਬਕੀ ਮੂਰੇ ਮਿੱਟੀ ਜੀ ਹੋਰ ਲਾਂਗਾ ਥੋੜੀ ਨਹੀਂ ਨਹੀਂ ਠੀਕ ਹੈ ਤਾਂ ਦੋ ਦੋ ਤਿੰਨ ਉਹ ਮਗਰਾ ਬਣ ਗਈ ਕਿ ਨਾ ਚਾਹ ਫਿਰ ਪਹਿਲਾਂ ਉਹਦਾ ਫਿਰ ਬੋਲੀ ਖਾਣਾ ਖਾਣਾ ਤੇਰਾ ਪਰਾ ਮੂੰਹ ਆ ਜੀ ਕਾ ਦੋ ਤਿੰਨ ਉਹ ਮਗਰਾ ਬਣ ਗਈ ਕਿ ਨਾ ਭਾਈ ਚਾਹ ਹਲੇ ਤੇਰੀ ਬਹੁਤ ਟਾਈਮ ਲਾਤਾ ਮਨ ਪੈਂਦਾ ਉਹ ਬਾਪੂ ਬਣ ਗਈ ਬਸ ਥੋੜੀ ਜੀ ਕਸਰ ਆ ਚਾਹ ਤੈਨੂੰ ਐਨ ਪਿਆਉਂਗਾ ਸਾਹ ਦੇ ਚੋਲੇ ਵਰਗੀ ਜਮਾ ਟੈਨਸ਼ਨ ਨਾ ਲੈ ਤੂੰ ਬਹਿ ਜਾ ਬਸ ਤੂੰ ਦੋ ਕੁ ਮਿੰਟ ਹੋਣਾ ਉਹ ਮੈਂ ਤਾਂ ਬੈਠੀ ਆ ਮਤਲਬ ਮੈਂ ਬੈਠਣ ਨੂੰ ਕਿੱਧਰ ਭੱਜਣਾ ਹੋਣਾ ਕੌਣ ਆਉਂਦੇ ਨੇ ਬਗੇ ਹੋਏ ਉਹ ਮਗਰਾ ਉਹ ਮੇਰੀ ਗੱਲ ਸੁਣ ਓਏ ਪਾਣੀ ਹੋਰ ਪਾ ਲਾ ਦੋ ਗਲਾਸ ਤੂੰ ਚਾਹ ਦੇ ਚਾਹ ਕਿਉਂ ਕੀ ਗੱਲ ਓਏ ਉਹ ਜਵਾਕ ਆਉਂਦੇ ਨੇ ਤੇਰੇ ਘਰ ਵਾਲੀ ਮਿਲਣ ਦਾ ਕਿਹਨੂੰ ਨਾਲ ਨਹੀਂ ਆਉਂਦੀ ਆ ਉਹ ਬਾਪੂ ਨਿਗਾ ਤੇਰੀ ਹੈ ਤੈਨੂੰ ਕਿਥੋਂ ਨਾ ਲਵੇ ਤਾਂ ਜਮਣਾ ਜਿਆ ਬਈ ਯਾਰ ਤੂੰ ਹੈ ਜੇ ਬੋਲ ਮਾਰੇ ਹੋਰੇ ਆ ਜਾ ਹਾਂ ਆਪੂ ਫਿਰ ਆਉਰ ਉੱਕਰ ਕੇ ਦੇਖੀ ਤੂੰ ਇੱਥੇ ਪਈ ਚੁੱਪ ਪਹਿਲਾਂ ਮੈਂ ਆਪਦੀ ਗੱਲ ਕਹਿ ਰਿਹਾ ਕੋਈ ਨਹੀਂ ਨਹੀਂ ਦਾਰੂ ਕਰ ਸਰ ਸੀ ਨੇ ਅਰੇ ਬੋਲ ਮਾਰਦਾ ਤੇ ਮੇਰੀ ਪੂਰੀ ਫੂਕ ਨਾ ਮਾਰੀ ਜਾ ਨੇਰੇ ਤੋਂ ਹੋਰ ਮੇਰਾ ਤਾਂ ਵੀ ਕਿ ਅੱਗ ਨਹੀਂ ਮੱਚੀ ਨਾ ਮੈਂ ਤਾਂ ਹੁਣ ਹੋਰ ਮੱਛੀ ਹੋ ਕੇ ਤਾਂ ਉਹਨੇ ਛੇੜਨ ਤੂੰ ਦੁਬਾਰਾ ਉਹ ਕਰਦਾ ਸੀ ਇਸ ਤਰ੍ਹਾਂ ਮੈਂ ਇਹ ਜਿਹੜੇ ਉੱਥੇ ਕੋਈ ਚਾਹੀ ਲਵੇ ਨਹੀਂ ਕੇਰਾ ਅਗਲਾ ਕੀ ਕਰੇਗਾ ਮੈਨੂੰ ਲੱਗਦਾ ਚਾਹ ਨਹੀਂ ਦਿੱਤੀ ਬਾਪੂ ਨੂੰ ਟਾਈਮ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹਿ ਜਾ ਬਹਿ ਜਾ ਕਿਵੇਂ ਠੀਕ ਹੋ ਤੁਸੀਂ ਬਹਾ ਠੀਕ ਆ ਹੁਣ ਤਾਂ ਪਹਿਲਾਂ ਨਾਲੋਂ ਬਹੁਤ ਫਰਕ ਆ ਵੇ ਹੋਰ ਬੇਬੇ ਤਾਂ ਹੁਣ ਸਰ ਜਿੱਦ ਕਰਨ ਲੱਗੀ ਕਹਿੰਦੀ ਮੈਨੂੰ ਤਾਂ ਛੇਤੀ ਪਹਿਲਾਂ ਤੇਰੇ ਬਾਪੂ ਕੋਲ ਲੈ ਕੇ ਚੱਲ ਮੈਂ ਤਾਂ ਤੇਰੇ ਬਾਪੂ ਦਾ ਪਤਾ ਲੈ ਕੇ ਆਵਾਂ ਕਿ ਮੈਨੂੰ ਤਾਂ ਇੰਨੀ ਚਿੰਤਾ ਹੋਈ ਪਈ ਆ ਤੇਰੇ ਬਾਪੂ ਦੀ ਚਲੋ ਚੰਗੀ ਗੱਲ ਆ ਭਾਈ ਲੈ ਮੈਂ ਕਰਦੀ ਆ ਚਾਹ ਚੂਰੀ ਹੋਰ ਮੈਂ ਤਾਂ ਨਾ ਜਦੋਂ ਸੁਣ ਲਿਆ ਮੈਂ ਤਾਂ ਪੈਰ ਜੁੱਤੀ ਨਹੀਂ ਪਾਈ ਮੈਂ ਤਾਂ ਭੱਜੀ ਆਈ
ਮੁੰਡੇ ਨੂੰ ਆਖਿਆ ਸੀ ਵੀ ਨਾਲ ਵਗ ਚੱਲ, ਉਹ ਕਹਿੰਦਾ ਮੈਨੂੰ ਤਾਂ ਟਾਈਮ ਨੀ। ਮੈਂ ਆਖਿਆ ਮੈਂ ਤਾਂ ਲਗੋਈ ਜਾਂਦੀ ਆ ਭਾਈ, ਪਤਾ ਲੈਣ ਬਾਪੂ ਦੇ ਪਿਓ ਦਾ। ਸਾਰਾ ਕੁਛ ਪਾ ਰੱਖਿਆ, ਕੱਲਾ ਦੁੱਧ ਹੀ ਪਾਉਣਾ ਬਸ। ਹੁਣ ਤਾਂ ਕੋਈ ਢਾਲਾ ਟੱਪਾ ਲਾ ਦੋ ਤਾਂ ਤੁਸੀਂ ਠੀਕ ਹੋ ਜਾਓਗੇ। ਮੱਘਰ ਬੋਲੂਗਾ ਸਾਡੇ ਨਾਲ ਤਾਂ ਬੀਤੀ ਹੈ। ਬੱਬੂ ਦਾ ਤਾਇਆ ਸੀ, ਉਹਨੂੰ ਆਈ ਮਰੇ ਹੋਏ ਦਿਸਦੇ ਸੀਗੇ ਭਾਈ। ਉਹਨੂੰ ਖੇਤ ਲੈ ਜਾ ਕਰੇ ਵੀ ਚੱਲ ਉਹਦਾ ਜੀ ਲੱਗ ਜੂ ਬਾਪੂ ਦਾ ਖੇਤ। ਇੱਕ ਦਿਨ ਉਹ ਮੁੰਡਾ ਘਰੇ ਆ ਗਿਆ ਚਾਹ ਲੈਣ। ਬਾਪੂ ਕੁਛ ਨੀ, ਉਹ ਵੈਸੇ ਗੱਲ ਕਰਦੇ ਨੇ, ਉਹਦਾ ਕੋਈ ਹੋਰ ਗੱਲ ਨੀ। ਇਹ ਗੱਲ ਨੀ ਯਾਰ, ਮੈਂ ਕਹਿਣਾ ਉਹ ਮਕਰਾ ਕੀ ਬੋਲੀ ਜਾਂਦੀ ਆ ਓਏ। ਦੁਆਰੇ ਘਰ ਨਾ ਬਚਾ ਦੋ ਤਾਂ ਪਾਇਆ ਹੋ ਗਿਆ ਤੂੰ ਭਾਈ, ਇਹਨਾਂ ਤੇ ਚੱਕ ਲਓ। ਹੋਰ ਹਾਂ ਹੋਰ ਕੀ ਬੋਲੀ ਜਾਂਦੀ ਆ ਇਹ ਹੋਏ, ਮੈਨੂੰ ਐ ਦੱਸ ਪਹਿਲਾਂ ਹੈ। ਉਹ ਕੁਛ ਨੀ ਬਾਪੂ, ਇਹ ਗੱਲ ਨੀ, ਹੋਰ ਗੱਲ ਆ। ਨੀ ਮਾਤਾ ਕਿਉਂ ਡਰਾਉਣੀ ਆ, ਇਹ ਤਾਂ ਪਹਿਲੀ ਬਹੁਤ ਡਰਦਾ, ਮੈਨੂੰ ਉਰੀ ਚੱਕਣਾ ਪੈ ਜਾਊ ਨਾ। ਇਹ ਜਿਹੀਆਂ ਗੱਲਾਂ ਕਰ, ਇਹ ਗੱਲਾਂ ਦਾ ਮਾਰਾ ਸੀ ਖੇਤ ਲੈ ਕੇ ਆਇਆ ਵੀ ਭਾਈ ਘਰੇ ਮੁੜੀ ਆਉਂਦੇ, ਤੁਸੀਂ ਉਰੇ ਵੀ ਹਟਦੀ ਆ ਹੁਣ, ਹੋਰ ਗੱਲ ਕਰ ਲਓ ਕੋਈ।